ਪਰਿਵਾਰ ਨੂੰ ਮਿਲ ਕੇ ਆਏ ਹੋ, ਕੀ ਫਸਟ ਰਿਐਕਸ਼ਨ ਤੁਹਾਡਾ ਫੈਮਿਲੀ ਨੂੰ ਮਿਲਿਓ? ਖੁਸ਼ੀ ਆ, ਤਸੱਲੀ ਆ। ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਕਿਸੇ ਮਹਾਂਪੁਰਸ਼ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉਤਰਨਾ ਪੈਂਦਾ, ਸੁਣਨੀ ਪੈਂਦੀ ਆ। ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਹੈ, ਮੇਰੇ ਆਪਦੇ ਪਰਿਵਾਰ ਦੇ ਘਰ 'ਚ ਦੁਬਾਰਾ ਖੁਸ਼ੀਆਂ ਆਈਆਂ ਨੇ। ਬਹੁਤ ਵੱਡਾ ਘਾਟਾ ਸ਼ੁਭਦੀਪ ਦਾ, ਸਿੱਧੂ ਮੂਸੇਵਾਲੇ ਦਾ ਉਹ ਤਾਂ ਨਹੀਂ ਪੂਰਾ ਹੋ ਸਕਦਾ, ਪਰ ਨਵੇਂ ਜਨਮ 'ਚ ਨਵੇਂ ਰੂਪ 'ਚ ਫਿਰ ਸ਼ੁਭਦੀਪ ਆਇਆ, ਬਹੁਤ ਖੁਸ਼ੀ ਹੈ। ਸ਼ੁਕਰਾਨਾ ਉਸ ਦਾਤੇ ਦਾ, ਮੇਰੇ ਪਰਿਵਾਰ ਦੀ ਜੜ ਲੱਗੀ ਹੈ ਅਤੇ ਅਰਦਾਸ ਉਸ ਦਾਤੇ ਦੇ ਚਰਨਾਂ 'ਚ ਕਿ ਇਹ ਜੜ ਨਰੋਗ ਨਰੋਲ ਸਾਫ ਅਤੇ ਡੂੰਘੀ ਲੱਗੇ ਅਤੇ ਸਦੀਵੀ ਲੱਗੇ। ਲੱਗਦਾ ਲੰਬੇ ਸਮੇਂ ਦੇ ਬਾਰੇ ਪਰਿਵਾਰ ਦੁਬਾਰਾ ਤੋਂ ਖੁਸ਼ੀ ਹੈ? ਬਹੁਤ ਵੱਡੀ ਖੁਸ਼ੀ ਹੈ ਭਾਜੀ, ਬਹੁਤ ਵੱਡਾ ਘੱਟ ਹੈ। ਦੇਖੋ ਇੱਕ ਲਟੈਣ ਵਰਗੇ ਪੁੱਤ ਦਾ ਤੁਰ ਜਾਣਾ, ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਤੁਰ ਜਾਣਾ, ਤੁਰ ਗਿਆ ਸੀ, ਔਰ ਇਸ ਉਮਰ 'ਚ ਆ ਕੇ ਫਿਰ ਮਾਂ ਬਾਪ ਬਣਨਾ ਇੱਕ ਵੱਡੀ ਖੁਸ਼ੀ। ਇੱਕ ਵੱਡੇ ਪੁੱਤ ਨੂੰ ਖੋ ਕੇ ਗੁਆ ਕੇ ਦੁਬਾਰਾ ਮਾਂ ਬਾਪ ਬਣਨਾ ਔਰ ਇਸ ਉਮਰ 'ਚ ਬਣਨਾ, ਅਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ, ਔਰ ਇਸ ਹੋਸਪਿਟਲ ਦੇ ਡਾਕਟਰ ਸਾਹਿਬਾਨ ਦਾ, ਸਮੁੱਚੀ ਟੀਮ ਦਾ, ਔਰ ਸਪੈਸ਼ਲੀ ਮੀਡੀਆ ਦਾ, ਸਾਰੇ ਪੰਜਾਬੀ ਮੀਡੀਆ ਦਾ, ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਤੁਸੀਂ ਜਿਉਣ ਜੋਗੇ ਹੋ, ਜਿਉਂਦੇ ਰਹੋ। ਉਸ ਮਾਂ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਚੱਲੇ, ਇੰਨੀਆਂ ਪੀੜਾਂ ਦੇ, ਇੱਕ ਪਾਸੇ ਬੇਟੇ ਦਾ ਦਰਦ, ਦੂਸਰੇ ਪਾਸੇ ਜਿਸ ਕੰਡੀਸ਼ਨ ਵਿੱਚ ਗੁਜ਼ਰ ਰਹੇ ਸੀ? ਨਿਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫ਼ਜ਼ ਨਹੀਂ ਹੈ। ਮਾਂ ਮਾਂ ਹੁੰਦੀ ਹੈ, ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ ਦੇਖ ਕੇ ਜਿਉਂਦੀ ਹੋਵੇ, ਜਿਹੜਾ ਪੰਜਾਬੀ ਆਪਦੇ ਕਿੱਤੇ 'ਚ ਸਿਖਰਾਂ 'ਤੇ ਹੋਵੇ, ਮਾਂ ਦਾ ਲਾਡਲਾ ਹੋਵੇ, ਅੱਖਾਂ ਸਾਹਮਣੇ ਤੁਰਿਆ ਅਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ, ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਬਣਨ ਦਾ, ਔਰ ਇਸ ਉਮਰ ਦੇ ਵਿੱਚ ਇਹ ਦੁਆਵਾਂ ਸੀ। ਖੁਸ਼ੀ ਹੈ ਪਰ ਮੈਂ ਮਿਲ ਕੇ ਆਇਆ, ਦੇਖਣ ਸਾਰ ਰੋਂਦੀ ਰਹੀ, ਮਿਲਿਆ ਵੀ, ਬੈਠਿਆ ਵੀ, 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਹੋਈ ਨਹੀਂ। ਹੁਣ ਉਹ ਖੁਸ਼ੀ ਦੇ ਹੰਝੂ ਨੇ ਜਾਂ ਗਮ ਦੇ ਹੰਝੂ ਨੇ ਇਹ ਨਹੀਂ ਪਤਾ, ਪਰ ਮਾਂ ਮਾਂ ਹੁੰਦੀ ਹੈ ਬਾਈ ਜੀ। ਮਾਂ ਦਾ ਬਹੁਤ ਵੱਡਾ ਜਿਗਰਾ ਸਾਡੀ ਭੈਣ ਚਰਨ ਕੌਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ, ਉਹਦੇ ਗਏ ਦਾ ਵੀ ਇਹਦੇ ਆਏ ਦਾ। ਹਫ਼ਤਾ ਤਾਂ ਜ਼ਰੂਰ ਰਹੇਗਾ ਪਰਿਵਾਰ, ਪਰਿਵਾਰ ਨੇ ਫੈਸਲਾ ਕੀਤਾ। ਮੈਂ ਹੁਣੇ ਬਾਈ ਬਲਕੌਰ ਸਿੰਘ ਹੋਣਾ ਕੋਲ ਉੱਠ ਕੇ ਆਇਆ ਅਤੇ ਉਹ ਕਹਿੰਦੇ ਹਫ਼ਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ। ਮੈਂ ਬਿਲਕੁਲ ਲਾਉਣਾ ਚਾਹੀਦਾ, ਅਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ, ਕਿਉਂਕਿ ਲੋਕਾਂ ਦਾ ਪਿਆਰ ਹੈ ਮੂਸੇਵਾਲੇ ਦੀ ਹਵੇਲੀ 'ਚ, ਲੋਕ ਆਪੋ ਵਹੀਰਾ ਘੱਤ ਕੇ ਆ ਰਹੇ ਨੇ, ਆਪ ਉਧਰੇ ਉੱਥੇ ਭੰਗੜਾ ਪਾਉਂਦੇ ਨੇ, ਨੱਚਦੇ ਗਾਉਂਦੇ ਨੇ, ਮੱਥਾ ਟੇਕਦੇ ਨੇ, ਚਲੇ ਜਾਂਦੇ ਨੇ, ਤਾਂ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ। ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ, ਉਹ ਬੱਚੇ ਨੂੰ ਖਿੱਚਣਾ, ਚੁੰਮਣਾ, ਚੱਕਣਾ, ਹਰ ਇੱਕ ਦੀ ਦਿਲੀ ਤਮੰਨਾ ਕਿ ਅਸੀਂ ਉਹਨੂੰ ਮਿਲੀਏ, ਗੋਦੀ ਚੱਕੀਏ, ਉਹਨੂੰ ਦੇਖੀਏ, ਉਹਦੇ ਨਾਲ ਫੋਟੋ ਖਿਚਾਈਏ, ਭੈਣ ਚਰਨ ਕੌਰ ਹੋਣਾ ਨਾਲ, ਬਾਈ ਜੀ ਨਾਲ, ਬਲਕੌਰ ਸਿੰਘ ਹੋਣਾ ਨਾਲ, ਵੀ ਪਰਿਵਾਰ ਨਾਲ ਫੋਟੋ ਹੋਣ ਸਾਡੀਆਂ, ਇਹ ਚਾਅ ਆ ਉਹਨਾਂ ਦਾ, ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ। ਸੋ ਹਫ਼ਤਾ ਤਾਂ ਰਹਿਣਾ ਵੀ ਚਾਹੀਦਾ, ਮੈਂ ਤਾਂ ਖੁਦ ਕਹੂੰਗਾ, ਚਾਹੇ ਹਫ਼ਤੇ ਦੀ ਬਜਾਏ 10 ਦਿਨ ਰਹਿਣ। ਬਹੁਤ ਸਾਰੇ ਉਹ ਕਹਿੰਦੇ ਵੀ ਸੋਸ਼ਲ ਮੀਡੀਆ ਰਿਪੋਰਟ ਕਰਦੇ ਤੇ ਨਹੀਂ ਕਰਨੇ ਚਾਹੀਦੇ ਇਸ ਟਾਈਮ ਦੇ, ਇਹ ਹੁਣ ਇਹਨਾਂ ਬਾਰੇ ਮੈਂ ਮੇਰਾ ਖਿਆਲ ਨਾ ਹੀ ਬੋਲਾਂ, ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤਿਆ, ਕੀ ਪਰਿਵਾਰ ਨੇ ਕੀਤਾ, ਕਿਵੇਂ ਹਿੰਮਤ ਜੁਟਾਈ, ਕੀ ਹੋਇਆ, ਕਿਵੇਂ ਕੀਤਾ, ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ਼। ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ,
ਅਕਲਾਂ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ, ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ, ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜਿਹੇ ਬੇਹੁਦਾ ਕਮੈਂਟਸ ਨਾ ਹੀ ਕਰੋ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।